ਇਹ ਜਿਹੜਾ ਪੁਆਇੰਟ ਹੈ 26 ਤਰੀਕ ਵਾਲਾ ਇਹ ਜਦੋਂ ਆਪਾਂ ਅਸੀਂ ਇੱਥੇ ਆਏ ਆ ਉਹਦੇ ਤੋਂ ਵੀ ਵੱਧ ਜੋਸ਼ ਹੈ ਨੌਜਵਾਨਾਂ 'ਚ ਪਰ ਸਾਰੀ ਦੁਨੀਆ ਦੀ ਨਿਗਾਹ ਤੁਹਾਡੇ 'ਤੇ ਹੈ ਕੋਈ ਐਸਾ ਕਲੰਕ ਜਾਂ ਕੋਈ ਐਸੀ ਤੋਹਮਤ ਨਾ ਲਵਾ ਕੇ ਆਈਏ ਕਿਉਂਕਿ ਉਹਨਾਂ ਨੇ ਸਾਨੂੰ ਖੁੱਲ੍ਹਾ ਗਰਾਊਂਡ ਦੇ ਦੇਣਾ ਖੁੱਲ੍ਹੇ ਛੱਡਣਾ ਉਹਨਾਂ ਨੇ ਵੀ ਕਿਸਾਨ ਆਉਣ ਇੱਥੇ ਭੱਜ ਦੜ ਕਰਨ ਤੋੜ ਭੰਨ ਕਰਨ ਅਤੇ ਸਾਡੇ ਕੋਲ ਕੱਲ੍ਹ ਨੂੰ ਪਰੂਫ ਹੋਣ ਵੀ ਆਹ ਦੇਖੋ ਜੀ ਬੈਠੇ ਸੀ ਤਾਂ ਬੈਠੇ ਸੀ ਜਦੋਂ ਇਹਨਾਂ ਨੂੰ ਖੁੱਲ੍ਹੇ ਛੱਡਿਆ ਤਾਂ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਆਮ ਜਿਹੜਾ ਦਿੱਲੀ ਦਾ ਜਨ ਜੀਵਨ ਹੈ ਉਹਨੂੰ ਇੰਨੀ ਕੁ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਅਤੇ ਸਾਨੂੰ ਨਾ ਚਾਹੁੰਦੇ ਹੋਏ ਵੀ ਇਹਨਾਂ 'ਤੇ ਕਾਨੂੰਨੀ ਕਾਰਵਾਈ ਕਰਨੀ ਪਊਗਾ ਲਾਅ ਐਂਡ ਆਰਡਰ ਦਾ ਆਰਡਰ ਦਾ ਸਵਾਲ ਹੈ ਸਾਨੂੰ ਕਾਰਵਾਈ ਕਰਕੇ ਇਹਨਾਂ ਨੂੰ ਪੰਜਾਬ ਵਾਪਸ ਖਦੇੜਨਾ ਪਊਗਾ ਸੋ ਮੈਂ ਇਹ ਚਾਹੁੰਦਾ ਵੀ ਇਹ ਦਿਨ ਨਾ ਆਵੇ ਅਸੀਂ ਕੋਈ ਐਸਾ ਉਹਨਾਂ ਨੂੰ ਮੌਕਾ ਨਾ ਦਈਏ ਕਿ ਜਿੱਦਾਂ ਇੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਉਵੇਂ ਉੱਥੇ ਮਾਰਚ ਕਰੀਏ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਦੋਸਤੋ ਸਿੰਗਰ ਆਪਣੇ ਪਿੰਡ 'ਚੋਂ ਦਿੱਲੀ ਲਈ ਟਰੈਕਟਰ ਟਰਾਲੀਆਂ ਰਵਾਨਾ ਕਰਦੇ ਦਿਖਾਈ ਦਿੱਤੇ ਅਤੇ 26 ਤਰੀਕ ਲਈ ਸਿੰਗਰ ਕਿਸਾਨ ਆਗੂ ਸਮਾਜ ਸੇਵੀ ਇਹ ਸਾਰੇ ਲੋਕ ਟਰੈਕਟਰ ਪਰੇਡ ਵਿੱਚ ਸ਼ਾਮਲ ਹੋ ਜਾਣਗੇ ਪਰ ਦੋਸਤੋ ਸੋਸ਼ਲ ਮੀਡੀਆ 'ਤੇ ਸਿੰਗਰਾਂ ਦੀਆਂ ਗਤੀਵਿਧੀਆਂ ਅਤੇ ਕਿਸਾਨ ਅੰਦੋਲਨ ਦਾ ਕੀ ਰੁੱਖ ਹੈ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਇੱਥੇ ਦੱਸ ਦਈਏ ਕਿ ਕੰਗਣਾ 'ਤੇ ਅੱਜ ਇੱਕ ਹੋਰ ਕੇਸ ਹੋ ਗਿਆ ਕੰਗਣਾ 'ਤੇ ਪਹਿਲਾਂ ਹੀ ਬਹੁਤ ਕੇਸ ਨੇ ਮਨਜਿੰਦਰ ਕੌਰ ਜੀ ਬੀਬੀ ਵਾਲਾ ਕੇਸ ਵੀ ਹਲੇ ਪੈਂਡਿੰਗ ਹੈ ਅਤੇ ਇਸ ਬਾਰੇ ਕੰਗਣਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਅੱਜ ਮੈਨੂੰ ਇੱਕ ਹੋਰ ਸੰਮਨ ਮਿਲਿਆ ਹੋਰ ਸਾਰੇ ਇਕੱਠੇ ਤੇ ਮੈਨੂੰ ਜੇਲ੍ਹ ਭੇਜ ਦਿਓ ਪਰ ਇੱਕ ਗੱਲ ਯਾਦ ਰੱਖਿਓ ਮਰ ਕੇ ਵੀ ਮੇਰੀ ਰਾਹ ਕਹੂਗੀ ਮੈਂ ਤੁਮ ਸਭ ਵੀਡੀਓ ਕੋ ਨਹੀਂ ਛੋੜੂੰਗੀ ਦੋਸਤੋ ਕੰਗਣਾ ਰਣੌਤ ਦਾ ਕਿਸਾਨਾਂ ਵਾਲਾ ਹੀ ਨਹੀਂ ਬਾਲੀਵੁੱਡ ਵਾਲਾ ਵੀ ਮਾਮਲਾ ਵੱਧਦਾ ਜਾ ਰਿਹਾ ਹੈ ਤੇ ਕੰਗਣਾ ਦਾ ਟਵਿੱਟਰ ਅਕਾਊਂਟ ਕਦੇ ਵੀ ਸਸਪੈਂਡ ਹੋ ਸਕਦਾ ਤੇ ਵਾਰਨਿੰਗ ਤਾਂ ਉਸਨੂੰ ਮਿਲ ਹੀ ਗਈ ਹੈ ਬਾਕੀ ਦੇਖੋ ਹੁਣ ਕੰਗਣਾ ਸੁਧਰਦੀ ਹੈ ਕਿ ਨਹੀਂ ਤੇ ਦੋਸਤੋ ਰਾਜ ਬੱਬਰ ਜੀ ਨੇ ਜੋ ਕੱਲ ਕਿਸਾਨਾਂ ਦੀ ਮੀਟਿੰਗ ਹੋਈ ਸੀ ਦਿੱਲੀ ਦੇ ਅਹੁਦੇਦਾਰਾਂ ਨਾਲ ਉਸ ਬਾਰੇ ਗੱਲ ਕਰਦੇ ਹੋਏ ਕਿਹਾ ਕਾਨੂੰਨ ਬਣਾਕਰ 1.5-2 ਸਾਲ ਫ੍ਰਿਜ ਮੇ ਰੱਖਣੇ ਕਾ ਪ੍ਰਸਤਾਵ ਸਾਬਤ ਕਰਤਾ ਹੈ ਕਿ ਕਾਨੂੰਨ ਗੈਰ ਜ਼ਰੂਰੀ ਹੈ ਔਰ ਜੇ ਸਰਕਾਰ ਵੀ ਮੰਨ ਗਈ ਹੈ ਜੇ ਟੈਂਪਰੇਰੀ काम है इसमें किसानी की चिंता नहीं सरकार के अपने भले की फिक्र ज्यादा दिखाई देती है किसान भाइयों के जज्बे को सलाम ते दोस्तों राज बब्बर जी का किसानों की शुरू तो ही सपोर्ट कर रहे हैं ते हुण तुहानू उन्हां दी किसानां प्रति सपोर्ट दिखाउणा चाहुंदे आ जिन्हां दी सपोर्ट किसानां लई सरकार लई बहुत मायने रखती है वर्ल्ड बैंक के साबका अर्थशास्त्री कौशिक बासू जी जो कि पहलां तो ही इन्हां बिलों का विरोध करते आ रहे हैं उन्होंने स्पैशल पंजाब के किसानों लई ट्वीट किया ते कहा कि पंजाब के किसान सारे किसानों की तरफों खड़े हैं बाकी दोस्तों एक गल सोचने वाली है कि कौशिक बासू जी दुनिया के बाकी देशों की अर्थ ਵਸਤਾ ਦੇਖਦੇ ਹਨ ਉਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਇਹ ਬਿੱਲ ਸਹੀ ਨਹੀਂ ਪਰ ਸਰਕਾਰ ਫਿਰ ਵੀ ਨਹੀਂ ਮੰਨ ਰਹੀ ਲੱਗਦਾ ਕਾਰਪੋਰੇਟ ਘਰਾਣਿਆਂ ਦਾ ਕੋਈ ਵੱਡਾ ਹੀ ਹੱਥ ਹੈ ਸਰਕਾਰ ਤੇ ਜਿਹੜੇ ਵੱਡੇ ਵੱਡੇ ਦੀਵਾਨਾਂ ਤੇ ਕਿਸਾਨਾਂ ਦੀ ਆਵਾਜ਼ ਇਹਨਾਂ ਨੂੰ ਹਲੇ ਵੀ ਨਹੀਂ ਸੁਣਦੀ ਤੇ ਦੋਸਤੋ ਅਕਸ਼ੇ ਕੁਮਾਰ ਵੈਸੇ ਤਾਂ ਉਸਦੀ ਸਿਟੀਜ਼ਨਸ਼ਿਪ ਕੈਨੇਡਾ ਦੀ ਹੈ ਮੋਦੀ ਨਾਲ ਉੱਠਣੀ ਬੈਠਣੀ ਹੈ ਨੈਸ਼ਨਲ ਮੀਡੀਆ ਤੱਕ ਅਪਰੋਚ ਹੈ ਤੇ ਹੁਣ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਭੁੱਲ ਵੀ ਗਿਆ ਤੇ ਕਿਸਾਨਾਂ ਬਾਰੇ ਕੁਝ ਨਹੀਂ ਬੋਲਿਆ ਤੇ ਦੋਸਤੋ ਅਕਸ਼ੇ ਦੀ ਕਾਰਵਾਈ ਟਵਿੰਕਲ ਖੰਨਾ ਉਸ ਨੂੰ ਵੀ ਜੱਜ ਵੀ ਤੇ ਹੋਰ ਵੀ ਕਈ ਸਿੰਗਰਾਂ ਨੇ ਪੋਸਟ ਪਾ ਕੇ ਕਿਹਾ ਕਿ ਤੁਸੀਂ ਹੀ ਕਿਸਾਨਾਂ ਬਾਰੇ ਬੋਲ ਦਿਓ ਤੇ ਦੋਸਤੋ ਜੱਜ ਵੀ ਟਵਿੰਕਲ ਖੰਨਾ ਸ਼ਿਲਪਾ ਸ਼ੇਟੀ ਨੀਆ ਸ਼ਰਮਾ ਤੇ ਹੋਰ ਵੀ ਕਈ ਬਾਲੀਵੁੱਡ ਦੇ ਐਕਟਰ ਤੇ ਐਕਟਰਸ ਨੂੰ ਸਪੈਸ਼ਲ ਟਵੀਟ ਕਰਕੇ ਕਹਿ ਚੁੱਕਾ ਹੈ ਕਿ ਤੁਸੀਂ ਕਿਸਾਨਾਂ ਦੀ ਸਪੋਰਟ ਕਰ ਦਿਓ ਪਰ ਨਹੀਂ ਕੋਈ ਬੋਲ ਹੀ ਨਹੀਂ ਰਿਹਾ ਇੱਕ ਪਾਸੇ ਨੇ ਬਾਲੀਵੁੱਡ ਵਾਲੇ ਤੇ ਦੂਜੇ ਪਾਸੇ ਨੇ ਪੰਜਾਬੀ ਸਿੰਗਰ ਸਿਰਫ ਗਾਣੇ ਹੀ ਨਹੀਂ 26 ਤਰੀਕ ਨੂੰ ਦਿੱਲੀ ਵੀ ਪਹੁੰਚ ਰਹੇ ਹਨ ਸਿੱਧੂ ਆਰਨੇਤ ਗੁਲਾਬ ਸਿੱਧੂ ਇਹ ਇਕੱਠੇ ਜਾਣਗੇ ਤੇ ਕਈ ਸਿੰਗਰ ਉੱਥੇ ਪਹਿਲਾਂ ਹੀ ਪਹੁੰਚ ਚੁੱਕੇ ਹਨ ਤੇ ਦੋਸਤੋ ਇੱਥੇ ਪਾਇਲ ਰੋਹਤਗੀ ਬਾਰੇ ਦੱਸ ਦਈਏ ਜਿਸ ਦਾ ਪੰਜਾਬੀ ਸਿੰਗਰਾਂ ਨਾਲ ਸਿੱਧੂ ਦਲਜੀਤ ਜੈਜੀਬੀ ਤੇ ਹੋਰ ਵੀ ਕਈ ਬਾਲੀਵੁੱਡ ਵਾਲਿਆਂ ਨਾਲ ਪੰਗਾ ਲਈ ਬੈਠੀ ਹੈ ਤੇ ਜਿਸ ਦੇ ਚੱਲਦੇ ਉਸਨੇ ਕਮੈਂਟ ਆਫ ਕਰ ਦਿੱਤੇ ਸਨ ਪਰ ਹੁਣ ਉਸਨੇ ਕੁਝ ਪੋਸਟਾਂ ਤੋਂ ਕਮੈਂਟ ਆਨ ਕੀਤੇ ਤੇ ਲੋਕਾਂ ਨੇ ਫਿਰ ਰੇਲ ਬਣਾਉਣੀ ਸ਼ੁਰੂ ਕਰ ਦਿੱਤੀ ਇੱਥੇ ਇੱਕ ਗੱਲ ਦੇਖੋ ਚਾਹੇ ਤੁਸੀਂ ਚੰਗੇ ਹੀ ਬਾਅਦ 'ਚ ਕਿਉਂ ਨਾ ਬਣ ਜਾਵੋ ਕਿਸਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਤੁਹਾਡੇ ਵੱਲੋਂ ਕਿਹਾ ਜਾਣਾ ਲੋਕ ਭੁੱਲੇ ਨਹੀਂ ਤੇ ਜਿਸ ਦਾ ਨਤੀਜਾ ਤੁਸੀਂ ਦੇਖ ਰਹੇ ਹੋ ਤੁਸੀਂ ਸਾਰੇ ਬਹੁਤ ਚੰਗੇ ਤਰੀਕੇ ਨਾਲ ਜਾਣੋ ਕਿ ਕਿਸਾਨੀ ਸੰਘਰਸ਼ ਹੈ ਜਿਹੜਾ ਉਹ ਪੂਰੇ ਇਸ ਵੇਲੇ ਸਿਖਰ 'ਤੇ ਹੈ ਜੋ ਰੂਪਨ 'ਤੇ ਚੱਲ ਰਿਹਾ 26 ਤਰੀਕ ਦੀ ਕਿਸਾਨਾਂ ਦੀ ਕੌਲ ਹੈ ਜਿਹੜੀ ਟਰੈਕਟਰ ਮਾਰਚ ਕੱਢਣਾ ਹੈ 26 ਤਰੀਕ ਨੂੰ ਦਿੱਲੀ ਦੇ ਵਿੱਚ ਮੈਂ ਇਹਦੇ ਨਾਲ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਇੱਥੇ ਦਾ ਜਿਹੜਾ ਸੰਘਰਸ਼ ਹੈ ਉਹ ਪੂਰਾ ਚੱਲ ਹੀ ਰਿਹਾ ਹਰ ਇੱਕ ਵਰਗ ਡੱਟਿਆ ਹੋਇਆ ਚਲੋ ਸਾਰੇ ਡੱਟੇ ਹੋਏ ਨੇ ਮੈਂ ਬਾਹਰਲਿਆਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਸਾਡੇ ਬਾਹਰਲੇ ਭਰਾ ਨੇ ਜਿਵੇਂ ਤੁਸੀਂ ਸਟਾਰਟਿੰਗ 'ਚ ਸਾਥ ਦਿੱਤਾ ਸੀਗਾ ਚਾਹੇ ਉਹ ਅੰਬੈਸੀਆਂ ਦੇ ਘਰਾ ਸੀ ਚਾਹੇ ਤੁਸੀਂ ਆਪਦੇ ਪੱਧਰ 'ਤੇ ਕਾਰ ਮਾਰਚ ਕੀਤਾ ਅਤੇ 26 ਤਰੀਕ ਨੂੰ ਤੁਸੀਂ ਵੀ ਬਾਹਰਲੇ ਭਰਾ ਵੀ ਕੋਈ ਇੱਦਾਂ ਦਾ ਪਲੈਨ ਕਰੋ ਕਿ 26 ਤਰੀਕ ਨੂੰ ਜਿਹੜਾ ਪ੍ਰੈਸ਼ਰ ਹੈ ਉਹ ਵਰਲਡਵਾਈਡ ਹੋਵੇ ਪੰਜਾਬੀਆਂ ਦਾ ਮਤਲਬ ਪਤਾ ਲੱਗੇ ਵੀ ਹਾਂ ਪੂਰੀ ਦੁਨੀਆ ਦੇ ਵਿੱਚ ਕੁਛ ਹੋ ਰਿਹਾ ਕਿ ਤੁਸੀਂ ਵੀ 26 ਤਰੀਕ ਨੂੰ ਆਪਦੇ ਪੱਧਰ 'ਤੇ ਚਾਹੇ ਉਹ ਟੋਰਾਂਟੋ ਵਾਲੇ ਨੇ ਸਰੀ ਵਾਲੇ ਨੇ ਸਾਰੇ ਕੈਨੇਡਾ ਵਾਲੇ ਨੇ ਅਮੈਰੀਕਾ ਵਾਲੇ ਨੇ ਇੰਗਲੈਂਡ 'ਚ ਵੀ ਬਹੁਤ ਵੱਡਾ ਧਰਨਾ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਯੂਰਪ 'ਚ ਵੀ ਆਸਟ੍ਰੇਲੀਆ ਨਿਊਜ਼ੀਲੈਂਡ 26 ਤਰੀਕ ਨੂੰ ਤੁਸੀਂ ਵੀ ਜ਼ਰੂਰ ਆਪਣੇ ਪੱਧਰ 'ਤੇ ਪ੍ਰੋਟੈਸਟ ਕਰੋ ਉਹ ਕਰੋ ਜ਼ਰੂਰ ਮੈਨੂੰ ਪਤਾ ਵੀਕ ਡੇਜ਼ 'ਚ ਥੋੜ੍ਹਾ ਟਫ ਹੁੰਦਾ ਤੁਹਾਡੇ ਲਈ
ਕੰਮ ਕਰ ਛੱਡਣਾ ਪਰ ਇਹ ਆਪਣੇ 'ਤੇ ਇੱਕ ਸੰਕਟ ਦੀ ਘੜੀ ਹੈ ਅਤੇ ਜੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਉੱਭਰਨਾ ਅਸੀਂ ਵੀ ਪੂਰੇ ਜ਼ੋਰ ਨਾਲ ਲੱਗੇ ਹੋਏ ਹਾਂ ਇੱਧਰੋਂ ਡਟੇ ਹੋਏ ਹਾਂ ਤੁਸੀਂ ਵੀ ਬਹੁਤ ਮਤਲਬ ਤੁਹਾਡਾ ਤਾਂ ਜਿੰਨਾ ਸ਼ੁਕਰ ਕਰ ਦਈਏ ਉਨਾ ਥੋੜ੍ਹਾ ਇਸ ਵਾਰ ਤਾਂ ਚਲੋ ਤੁਹਾਡਾ ਫਰਜ਼ ਵੀ ਹੈ ਆਪਣਾ ਸਾਰਿਆਂ ਦਾ ਫਰਜ਼ ਹੈ ਤੁਹਾਡਾ ਸਾਡਾ ਇੱਕੋ ਹੀ ਗੱਲ ਸਾਡਾ ਆਪਣਾ ਫਰਜ਼ ਮੈਂ ਸਮਝ ਸਕਦਾ ਕਹਿ ਸਕਦਾ ਪੰਜਾਬ ਹੈ ਜਿਹੜਾ ਉਹ ਤੁਹਾਡੇ ਵੀਰਾਂ ਕਰਕੇ ਤੁਹਾਡੇ ਕਰਕੇ ਹੀ ਸਰਵਾਈਵ ਕਰ ਰਿਹਾ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਹਮੇਸ਼ਾ ਹੁੰਦਾ ਹਰ ਇੱਕ ਕਿੱਤੇ 'ਚ ਹਰ ਇੱਕ ਵਰਗ 'ਚ ਬਸ ਆਹ ਦੇਖੋ ਹੁਣ ਆਪਾਂ ਰੈਲੀ ਦੀ ਗੱਲ ਕਰਦੇ ਸੀ ਆਹ ਦੇਖੋ 26 ਦੀਆਂ ਨੇ ਜਿਹੜੀਆਂ ਤਿਆਰੀਆਂ ਪੂਰੇ ਕਿਸਾਨ ਭਰਾ ਡਟੇ ਹੋਏ ਨੇ ਇਹ ਤੁਹਾਨੂੰ ਰੋਂਗ ਸਾਈਡ ਕੱਢ ਲਈ ਦੇਖੋ ਸੋ ਵੀਰੋ ਇਹੀ ਮੈਂ ਦਿਖਾਉਣੀ ਚਾਹੁੰਦਾ ਵੀ ਇਹ ਖੂਬਸੂਰਤੀ ਹੈ ਤੁਸੀਂ ਜ਼ਰੂਰ ਇਹਦੇ 'ਤੇ ਗੌਰ ਕਰਿਓ 26 ਨੂੰ ਤੁਸੀਂ ਵੀ ਕੋਈ ਨਾ ਕੋਈ ਪਰੇਡ ਉਹਨਾਂ ਮੁਲਕਾਂ 'ਚ ਜ਼ਰੂਰ ਕਰਿਓ ਚਾਹੇ ਉਹ ਕਾਰ ਮਾਰਚ ਹੋ ਗਿਆ ਟਰੈਕਟਰ ਮਾਰਚ ਹੋ ਗਿਆ ਬਾਹਰ ਵੀ ਤੁਹਾਡੇ ਕੋਲ ਟਰੈਕਟਰ ਨੇ ਬਹੁਤ ਵੱਡੇ ਵੱਡੇ ਪੱਧਰ ਦੇ ਟਰੈਕਟਰ ਨੇ ਸਾਡੇ ਭਰਾਵਾਂ ਕੋਲ ਕਿਸਾਨ ਨੇ ਸਾਡੇ ਭਰਾ ਜ਼ਰੂਰ ਸੋ ਤੁਸੀਂ ਵੀ ਇਹ ਕੋਸ਼ਿਸ਼ ਕਰਿਓ ਵੀ 26 ਤਰੀਕ ਨੂੰ ਆਪਾਂ ਵਰਲਡ ਵਾਈਡ ਇੰਨਾ ਕੁ ਪ੍ਰੈਸ਼ਰ ਪਾਈਏ ਕਿ ਸਰਕਾਰ ਹੈ ਜਿਹੜੀ ਉਹ ਮਜਬੂਰ ਹੋ ਜਾਵੇ ਇਹ ਗੱਲ ਜਿਹੜੇ ਕਾਲੇ ਕਾਨੂੰਨ ਨੇ ਰੱਦ ਕਰਨ 'ਤੇ ਅੱਜ ਹੈਗੀ 21 ਤਰੀਕ ਮੈਂ ਅੱਜ ਅਸੀਂ ਪੰਜਾਬ ਆਏ ਹੋਏ ਸੀ ਅੱਜ ਚੱਲ ਪਾਂਗੇ ਰਾਤ ਨੂੰ ਅਤੇ ਬਾਕੀ ਜਿਹੜੀਆਂ ਹੁਣ 26 ਤਰੀਕ ਦੇ ਆਪਣੀਆਂ ਤਿਆਰੀਆਂ ਨੇ ਤੁਹਾਨੂੰ ਸਭ ਨੂੰ ਪਤਾ ਵੀ ਪੰਜਾਬ ਵੱਡਾ ਇਤਿਹਾਸ ਰਚਣ ਲਈ ਜਾ ਰਿਹਾ ਪੰਜਾਬ ਨੇ ਪਹਿਲਾਂ ਵੀ ਇਤਿਹਾਸ ਬਹੁਤ ਰਚੇ ਨੇ ਕਿਉਂਕਿ ਪੰਜਾਬ ਥੋੜ੍ਹੇ ਟਾਈਮ ਬਾਅਦ ਇਤਿਹਾਸ ਰਚਦਾ ਹੁੰਦਾ ਹੁਣ ਇੱਕ ਵੱਡਾ ਇਤਿਹਾਸ ਜਿਹੜਾ ਰਚਣ ਲਈ 26 ਤਰੀਕ ਨੂੰ ਜਾ ਰਿਹਾ ਬੇਸ਼ੱਕ ਸਾਡੇ ਮੋਰਚੇ ਨੇ ਪਹਿਲਾਂ ਵੀ ਬਹੁਤ ਵੱਡੇ ਇਤਿਹਾਸ ਰਚ ਦਿੱਤੇ ਗਏ ਨੇ ਪਰ ਜਿਹੜਾ 26 ਤਰੀਕ ਵਾਲਾ ਇਤਿਹਾਸ ਉਹ ਬਹੁਤ ਵੱਡਾ ਰਚਿਆ ਜਾ ਰਿਹਾ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਸਾਰਾ ਪੰਜਾਬ ਵੀ ਉੱਥੇ ਪਹੁੰਚ ਰਿਹਾ ਪਿੰਡਾਂ ਦੇ ਵਿੱਚ ਹੁਣ ਤੁਹਾਨੂੰ ਸ਼ਹਿਰਾਂ ਦੇ ਵਿੱਚ ਕੱਲ੍ਹ ਤੋਂ ਬਾਅਦ ਮੈਂ ਕਹਿੰਦਾ ਨੌਜਵਾਨ ਨਹੀਂ ਫਿਰਦੇ ਮਿਲਣਗੇ ਆਪਾਂ ਨੂੰ ਦੇਖਣ ਨੂੰ ਨੌਜਵਾਨ ਪਿੰਡਾਂ ਦੇ ਵਿੱਚ ਨਹੀਂ ਮਿਲਣਗੇ ਸਾਰੇ ਨੌਜਵਾਨ ਮਿਲਣਗੇ ਦਿੱਲੀ ਇਸ ਕਰਕੇ ਦੋ ਚਾਰ ਗੱਲਾਂ ਇਹ ਨੇ ਕਿ ਕੈਮਰੇ ਕੂਮਰਿਆਂ ਦੇ ਵੱਡੇ ਪ੍ਰਬੰਧ ਕਰੇ ਨੇ ਦਿੱਲੀ ਪ੍ਰਸ਼ਾਸਨ ਨੇ ਵੀ ਕੋਈ ਨੌਜਵਾਨ ਗਲਤੀ ਕਰਨ ਕੋਈ ਇਸ ਤਰ੍ਹਾਂ ਕਰਨ ਪੰਜਾਬ ਦੇ ਇੱਕ ਤਾਂ ਮੈਂ ਬੇਨਤੀ ਕਰਦਾ ਵੀ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਕਰਿਓ ਹੈ ਨਾ ਅਤੇ ਬਾਕੀ ਜਿਹੜੇ ਆਪਣੇ ਟਰੈਕਟਰ ਨੇ ਉਹਨਾਂ ਦੇ ਵਿੱਚ ਤੇਲ ਪਾਣੀ ਫੁੱਲ ਕਰਾ ਲਿਓ ਠੀਕ ਹੈ ਅਤੇ ਕਿਉਂਕਿ ਇਹ ਡੀਜ਼ਲ ਡੂਜ਼ਲ ਪੰਪ ਬੰਦ ਕਰਾ ਸਕਦੇ ਨੇ ਆਪਾਂ ਨੂੰ ਡੀਜ਼ਲ ਦੀ ਸਮੱਸਿਆ ਨਾ ਆਵੇ ਨਾਲ ਰਿਜ਼ਰਵ ਰੱਖਿਓ ਅਤੇ ਨਾਲ ਟੈਂਕੀਆਂ ਭਰਾ ਕੇ ਰੱਖਿਓ ਦੂਜੀ ਗੱਲ ਜਿਹੜੀ ਮੇਰੀ ਨੌਜਵਾਨਾਂ ਨੂੰ ਖਾਸ ਕਰਕੇ ਹੈ ਜਿਵੇਂ ਆਪਾਂ ਟਰੈਕਟਰ ਇਕੱਠ ਵੱਡਾ ਹੋਊਗਾ ਵੀ ਇੱਕ ਦੂਸਰੇ ਨੂੰ ਹੁੱਲੜਬਾਜ਼ੀ ਇੱਕ ਦੂਸਰੇ ਦੇ ਵਿੱਚ ਵੱਜੇ ਨੁਕਸਾਨ ਹੋ ਜਾਵੇ ਜਿਵੇਂ ਪਹਿਲਾਂ ਵਾਲੀ ਵਾਰੀ 7 ਤਰੀਕ ਨੂੰ ਦੋ ਤਿੰਨ ਟਰੈਕਟਰ ਉਲਟ ਗਏ ਸੀਗੇ ਇਸ ਕਰਕੇ ਇਹੋ ਜਿਹੀ ਸਮੱਸਿਆ ਨਾ ਆਵੇ ਹੁੱਲੜਬਾਜ਼ੀ ਨਾ ਕਰਿਓ ਭਰਾ ਬਣ ਕੇ ਤੁਸੀਂ ਸਾਰੇ ਸਿਆਣੇ ਹੀ ਹੋ ਨਾ ਆਪ ਜਿਵੇਂ ਜਿਵੇਂ ਆਪਾਂ ਨੂੰ ਆਪਣੇ ਆਗੂ ਸਾਹਿਬਾਨ ਕਹਿੰਦੇ ਨੇ ਉਹਨਾਂ ਦੀ ਆਪਾਂ ਹਰ ਇੱਕ ਗੱਲ ਨੂੰ ਮੰਨੀਏ ਇਕੱਠ ਬਹੁਤ ਵੱਡਾ ਹੋਣਾ ਮਾਰਚ ਬਹੁਤ ਵੱਡਾ ਹੋਣਾ ਪਰੇਡ ਬਹੁਤ ਵੱਡੀ ਹੋਣੀ ਦਿੱਲੀ ਦੇ ਵਿੱਚ ਹੋਣੀ ਆ ਇਸ ਕਰਕੇ ਸਾਰੇ ਚੀਜ਼ਾਂ ਧਿਆਨ ਰੱਖੀਏ ਮੈਨੂੰ ਇਹ ਗੱਲ ਤਾਂ ਮੈਂ ਤੁਹਾਨੂੰ ਸਾਫ਼ ਕਲੀਅਰ ਕਰ ਦਿੰਦਾ ਵੀ ਜਿਹੜੀ ਅੰਦੋਲਨ ਦੀ ਗਵਾਹੀ ਇਹਦੀ ਪਰਮਾਤਮਾ ਆਪ ਕਰੂਗਾ ਕਿਉਂਕਿ ਦਰਿਆ ਆਪਣੇ ਰਸਤੇ ਆਪ ਬਣਾਉਂਦੇ ਨੇ ਦਰਿਆ ਦੇ ਰਸਤਾ ਇਹ ਨਹੀਂ ਹੈ ਕੋਈ ਦਰਿਆ ਨੂੰ ਕੋਈ ਕਹੇ ਵੀ ਇੱਧਰ ਦੇ ਇਸ ਤਰ੍ਹਾਂ ਰਸਤਾ ਬਣਾ ਤੂੰ ਇੱਧਰ ਦੇ ਚੱਲਣਾ ਦਰਿਆ ਦਾ ਜਿੱਥੋਂ ਪਾਣੀ ਲੰਘਣਾ ਉਹਨੇ ਉੱਥੇ ਹੀ ਲੰਘਣਾ ਪਰ ਦੋ ਚਾਰ ਗੱਲਾਂ ਧਿਆਨ ਜ਼ਰੂਰ ਰੱਖੇ ਕਿਉਂਕਿ ਭਾਜਪਾ ਜਿਵੇਂ ਲੈਟਰ ਪੈਡ 'ਤੇ ਉਹਨਾਂ ਨੇ ਕੁਛ ਮਤੇ ਜਿਹਾ ਪਤਾ ਸੀ ਇਹ ਕਰ ਦਾਂਗੇ ਜੋ ਕਰ ਦਾਂਗੇ ਬਸ ਆਪਣੇ ਝੰਡੇ ਮਜ਼ਬੂਤ ਰੱਖਿਓ ਝੰਡਾ ਡੰਡੇ ਪੂਰੇ ਮਜ਼ਬੂਤ ਹੋਣ ਨਾਲ ਨਾਲ ਆਪਣੇ ਥੋੜ੍ਹਾ ਮੋਟਾ ਸੁਰੱਖਿਆ ਦੇ ਆਪਣੇ ਪ੍ਰਬੰਧ ਜ਼ਰੂਰ ਰੱਖਿਓ ਕਿਉਂਕਿ ਅਤੇ ਦੋਸਤੋ ਜੇ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਭੇਜ ਸਕਦੇ ਹੋ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ।